क्या नाम है तुम्हारा? शिवम। शिवम जी कितने दिन रहने वाले हो? हरदोखानपुर। किस चीज का काम करते हो? अपनी दुकान आई थी मंडी के बीच सब्जी दुकान है। हां जी हां जी। की हमला ਤੁਹਾਡੇ ਤੇ ਹੋਇਆ ਸੀ? ਕਦੋਂ ਹੋਇਆ ਸੀ? ਕਿੱਦਾਂ ਹੋਇਆ? ਇਹ ਭਾਈ 18 ਤਰੀਕ ਰਾਤ ਨੂੰ ਹੋਇਆ ਸੀਗਾ ਜੀ। 10:30 ਵਜੇ ਅਸੀਂ ਬੈਠੇ ਸੀਗੇ ਉੱਥੇ, ਅੱਗ ਉੱਗ ਸੇਕਦੇ ਸੀਗੇ। ਪਿੱਛੋਂ ਆ ਗਏ ਤੇ ਤਿੰਨ ਚਾਰ ਮੁੰਡਿਆਂ ਨੇ ਆ ਗਏ, ਪਿੱਛੋਂ ਇੱਕ ਨੇ ਮਾਰਨ ਸਟਾਰਟ ਕਰਤੇ। ਕਿੰਨੇ ਵਜੇ ਦੀ ਗੱਲ ਹੈ? 10:30 ਵਜੇ ਦੀ ਗੱਲ ਹੈ ਭਾਈ ਜੀ। 10:30 ਵਜੇ ਰਾਤ ਦੇ। ਹਾਂਜੀ ਹਾਂਜੀ। ਕੋਈ ਦੁਕਾਨ ਖੋਲੀ ਸੀ ਉਦੋਂ? ਦੁਕਾਨ ਨਹੀਂ ਖੋਲੀ ਸੀ, ਮੈਂ ਉੱਥੇ ਦੁਕਾਨ ਕੋਲ ਨਹੀਂ ਖੋਲੀ ਸੀ। ਉੱਥੇ ਮੁੰਡਾ ਯਾਰ ਦੋਸਤ ਮੇਰਾ ਆਪਣੇ ਰਜਤ ਅਤੇ ਬੱਬੂ ਭਾਈ ਆ, ਇਹਨਾਂ ਨੂੰ ਮਿਲਣ ਗਿਆ ਸੀ ਮੈਂ ਉੱਥੇ। ਜਿਹਨਾਂ ਨੇ ਕੀਤਾ ਕੋਈ ਪੁਰਾਣੀ ਰੰਜਿਸ਼ ਹੋਣਾ ਨਾਲ ਦੁਸ਼ਮਣੀ ਵਗੈਰਾ? ਹਾਂਜੀ ਜੀ, ਪੁਰਾਣੀ ਚੱਲਦੀ ਤਾਂ ਹੈਗੀ ਸਾਡੀ, ਦੁਸ਼ਮਣੀ ਚੱਲਦੀ ਪੁਰਾਣੀ। ਕਿੰਨੇ ਜਣੇ ਜ਼ਖਮੀ ਹੋਏ ਤੁਸੀਂ? ਤਿੰਨ ਜਣੇ ਹੋਏ। ਕਿਆ ਨਾਮ ਹੈ ਤੁਹਾਡਾ? ਰਿਸ਼ਵਤ ਜੀ। ਇੱਥੇ ਇਕੱਠੇ ਹੋਏ ਹੋ ਕੀ ਕਰਨ ਜੀ? ਸਰ ਬੁੱਧਵਾਰ ਰਾਤ ਨੂੰ 10:30 ਵਜੇ ਤਕਰੀਬਨ 3 ਤੋਂ 4 ਮੁੰਡੇ ਆਉਂਦੇ ਆ, ਅਤੇ ਸਾਡੇ ਜਿਹੜੇ ਮੁੰਡੇ ਆ ਸਾਡੇ ਉਹਨੂੰ ਆ ਕੇ 30 ਹਥਿਆਰਾਂ ਨਾਲ ਮਾਰਨ ਦੀ ਕੋਸ਼ਿਸ਼ ਕਰਦੇ ਆ। ਅਤੇ ਇੱਕ ਮੁੰਡਾ ਜਿਹੜਾ ਵਿਕਟਮ ਸਾਡਾ, ਉਹਨਾਂ 'ਚੋਂ ਇੱਕ ਮੁੰਡਾ ਬਚਾ ਲੈਂਦਾ ਵਾ, ਅਤੇ ਉਹਨਾਂ ਕੱਪੜਾ ਉੱਤਰ ਜਾਂਦਾ। ਅਤੇ ਜਿਹੜਾ ਮੁੰਡਾ ਆਪਣਾ ਤੁਸੀਂ ਦੇਖਦੇ ਆ, ਆਪਣਾ ਵਿਕਟਮ ਖੁਦ ਕਹਿ ਰਹੇ ਆ ਕਿ ਮਤਲਬ ਇਹ ਮੁੰਡੇ ਸੀਗੇ ਨਾ। ਉਸ ਤੋਂ ਬਾਅਦ 4 ਦਿਨ ਪੁਲਿਸ ਕੋਈ ਨਹੀਂ ਉੱਥੇ ਫੜਦੀ। ਐਡੀ ਗੁੰਡਾਗਰਦੀ ਸ਼ਹਿਰ 'ਚ ਹੋ ਗਈ ਆ, ਪੁਲਿਸ ਨੂੰ ਕੋਈ ਵੀ ਪੁਲਿਸ ਨੂੰ ਇੱਥੇ ਕੋਈ ਫਰਕ ਨਹੀਂ ਪੈਂਦਾ ਪਿਆ। ਕੋਈ ਇੱਕ ਬੰਦਾ ਵੀ ਬਿਆਨ ਲੈਣ ਆਇਆ ਪੁਲਿਸ ਦਾ, ਕੋਈ ਮੁਲਾਜ਼ਮ ਨਹੀਂ ਆਇਆ ਇੱਥੇ। ਜਦੋਂ ਮੁਲਾਜ਼ਮ ਆ ਰਹੇ ਆ, ਡਿਪਟੀ ਸਾਹਿਬ ਆ ਰਹੇ ਨਾਲ, ਡਿਪਟੀ ਸਾਹਿਬ ਜਦੋਂ ਆਏ ਆ, ਵੀਡੀਓ ਜਿਹੜੀ ਵੈਰੀਫਾਈ ਕੀਤੀ ਗਈ ਆ, ਵੀਡੀਓ ਵਿੱਚ ਸ਼ਰੇਆਮ XMC ਆ ਧਿਆਨ ਨਾਲ, ਉਹਦਾ ਬੇਟਾ ਸ਼ਰੇਆਮ ਹਥਿਆਰ ਪ੍ਰੋਵਾਈਡ ਕਰਕੇ ਦੇ ਰਿਹਾ ਉਹਨਾਂ ਨੂੰ। ਤਾਂ ਜਦੋਂ ਪ੍ਰੋਵਾਈਡ ਕਰਕੇ ਦੇ ਰਿਹਾ ਵਾ, ਵਿਕਟਮ ਖੁਦ ਕਹਿ ਰਿਹਾ ਕਿ ਮੈਂ ਪਹਿਚਾਣ ਰਿਹਾ, ਕਿਉਂਕਿ ਵਿਕਟਮ ਜਿਹੜਾ ਵਾ ਮੁੰਡਾ 10-15 ਸਾਲ ਇਹਨਾਂ ਦੇ ਆ ਵਾ, ਉਹ ਖੁਦ ਉਹਨਾਂ ਦੇਖ ਕੇ ਦੱਸ ਰਿਹਾ ਕਿ ਇਹਨੇ ਲਲਕਾਰਾ ਵੀ ਮਾਰਿਆ ਸੀਗਾ ਅਤੇ ਇਹ ਮੁੰਡੇ ਨੇ ਆਪ ਪ੍ਰੋਵਾਈਡ ਕਰਕੇ ਦਿੱਤੇ ਆ। ਲੜਾਈ ਹੋਈ ਕਿਹੜੀ ਜਗ੍ਹਾ ਜੀ? ਸਰ ਸਬਜ਼ੀ ਮੰਡੀ। ਬਸ ਹੀ ਖੋਜੋ। ਕੀ ਕਾਰਨ ਕੀ ਆ ਲੜਾਈ ਦਾ? ਕੋਈ ਪੁਰਾਣੀ ਰੰਜਿਸ਼ ਹੈ ਜਾਂ ਕੀ ਗੱਲ? ਇਹ ਦੁਕਾਨਦਾਰ ਕਰਕੇ ਜੀ, ਦੁਕਾਨਾਂ ਕਰਕੇ ਬਸ ਥੋੜ੍ਹਾ ਹੋ ਗਿਆ। ਮੁੰਡਾ ਜਿਹੜਾ ਪਹਿਲਾਂ ਸੀਗਾ ਨਾ ਉਹ ਕੰਮ ਕਰਦਾ ਸੀਗਾ, ਅਤੇ ਜਿਹੜਾ ਇੱਕ ਹੋਰ ਨਾਮ ਮੁੰਡਾ ਸ਼ੁਭਮ ਆ, ਉਹਨਾਂ ਦੀ ਪਹਿਲੇ 1 ਸਾਲ ਪਹਿਲਾਂ ਲੜਾਈ ਹੋਈ ਸੀ ਕਮਲ ਭਾਰਗਵ ਨਾਲ ਅਤੇ ਵਿਵੇਕ ਕੌਸ਼ਲ ਨਾਲ। ਧਿਆਨ ਨਾਲ ਇਹਨਾਂ ਨਾਲ ਅਟੈਚ ਆ, ਇਕੱਠੇ ਰਹਿੰਦੇ ਆ। ਇਹਨਾਂ ਨੇ ਪਹਿਲਾਂ ਤੁਹਾਨੂੰ ਕੀਤੀ, ਮਹੀਨੇ ਪਹਿਲਾਂ ਉਹਨੂੰ ਆ ਕੇ ਦੁਕਾਨਾਂ ਦੁਕਾਨ ਆਪਣੀ ਬੰਦ ਕਰ ਲਓ। ਹਾਲਤ ਕੀ ਆ ਹੁਣ ਮੁੰਡੇ ਦੀ? ਮੁੰਡੇ ਦੀ ਬੜੀ ਹਾਲਤ ਗੰਭੀਰ ਹੈ ਜੀ, ਤੁਸੀਂ ਦੇਖ ਸਕਦੇ ਆ। 6 ਸੱਟਾਂ ਵੱਜੀਆਂ ਲਗਾਤਾਰ ਗਰਦਨ ਦੇ ਵੱਜੀਆਂ, ਇੱਕ ਦੇ ਸਿਰ 'ਚ ਵੱਜੀਆਂ ਸੱਟਾਂ, ਅਤੇ ਸ਼ੋਮ ਦੇ ਸਿਰ 'ਚ ਵੱਲ 2 ਟੱਕ ਵਾ, ਅੰਗੂਠਾ ਫ੍ਰੈਕਚਰ ਆਇਆ ਗੁੱਟ ਵਾ, ਅਤੇ ਕੁਣੀ ਆ। ਟੋਟਲ ਕਿੰਨੇ ਜਣੇ ਜ਼ਖਮੀ ਹੋਏ ਜੀ? 3 ਜਣੇ ਆ, ਇੱਕ ਦੇ ਬਾਂਹ ਟੁੱਟ ਗਈ ਜੀ ਪੂਰੀ ਤੋਂ। ਇਹ ਵੀ ਉੱਥੇ ਤਿੰਨੋਂ ਦੁਕਾਨ ਜੀ? ਤਿੰਨੋਂ ਦੁਕਾਨਦਾਰ ਆ ਜੀ, ਤਿੰਨੋਂ ਦੁਕਾਨਦਾਰ ਆ। ਫੌਜੀ ਬਸੇ ਜੀ? ਜੀ ਜੀ। ਤੇ ਪੁਲਿਸ ਦਾ ਕੀ ਰਵੱਈਆ? ਪੁਲਿਸ ਦਾ ਦੇਖੋ ਜੀ, ਕੋਈ 4-5 ਦਿਨਾਂ ਤੋਂ ਆ ਨਹੀਂ ਰਿਹਾ, ਕਿਉਂਕਿ ਵੱਡੇ ਅਫਸਰਾਂ ਵਿੱਚ ਇਨਵੋਲਵ ਨਾਮ ਅਫਸਰਾਂ ਦੇ ਮਤਲਬ ਨਾਲ ਦੇ ਕੋਈ ਵਿਚਾਰ ਨਹੀਂ ਰਿਹਾ ਵਾ। ਅਤੇ ਕੱਲ੍ਹ ਡਿਪਟੀ ਸਾਹਿਬ ਆਏ ਸੀਗੇ, ਬਹੁਤ ਗਲਤ ਬਿਹੇਵੀਅਰ ਸੀ ਉਹਨਾਂ ਦਾ। ਉਹ ਸ਼ਰੇਆਮ ਕਹਿ ਗਏ ਆ ਕੋਈ ਨਾਮ ਨਹੀਂ ਦੇ ਨੇ, ਆਪਾਂ ਆਪਣੀ ਇਨਵੈਸਟੀਗੇਸ਼ਨ ਕਰਾਂਗੇ। ਇੱਕ ਤਰ੍ਹਾਂ ਹੀ ਤੁਹਾਨੂੰ ਧਮਕਾ ਕੇ ਹੀ ਗਏ ਆ, ਜਿਸ ਤਰ੍ਹਾਂ ਦਾ ਰਵੱਈਆ ਸੀ ਉਹਨਾਂ ਦਾ। ਕੀ ਹੁਣ ਮੰਗ ਕਰਦੇ ਹੋ? ਅਸੀਂ ਮੰਗ ਇਹੀ ਕਰਦੇ ਜੀ, ਵੀਡੀਓ ਕਲੀਅਰ ਹੋ ਚੁੱਕੀ ਆ, ਆਈਡੈਂਟੀਫਾਈ ਸਾਰੇ ਵਿਕਟਮ ਆਪ ਖੁਦ ਕਹਿ ਰਿਹਾ ਵਾ, ਫਿਰ ਵੀ ਪੁਲਿਸ ਨੇ ਤੁਸੀਂ ਦੇਖੋ ਕਿੱਡੀ ਸ਼ਰਮ ਵਾਲੀ ਗੱਲ ਵਾ, ਆਪਣੇ ਕੋਈ ਮੁਖਬਿਰ ਦੇ ਲਿਖ ਕੇ ਪਰਚਾ ਨਿਸ਼ਾਤੇ ਕਰਤੇ ਆ। ਵੀਡੀਓ ਸ਼ਰੇਆਮ ਵਿੱਚ ਮੁੰਡੇ ਆ ਰਹੇ ਆ, ਵਿਕਟਮ ਕਹਿ ਰਿਹਾ ਇਹ ਆ ਇਹ ਆ, ਜਿਹੜੇ ਸੱਟ ਵੱਜੀ ਉਹ ਆਪ ਕਹਿ ਰਿਹਾ ਇਹ ਸੀਗੇ, ਲੋਕੇਸ਼ਨ ਅਸੀਂ ਕਢਾ ਸਕਦੇ ਹਾਂ, ਵੀਡੀਓ ਆ ਰਹੀ ਹੈ, ਸਭ ਕੁਝ ਆ ਰਿਹਾ, ਫਿਰ ਪੁਲਿਸ ਪਤਾ ਨਹੀਂ ਕਿਉਂ ਸੁੱਤੀ ਪਈ ਆ, ਪਤਾ ਨਹੀਂ ਕਿਉਂ ਉਹਨਾਂ ਦਾ ਇੰਨਾ ਸਾਥ ਦੇ ਰਹੀ ਆ।
ਭਾਜੀ ਕਿਆ ਨਾਮ ਹੈ ਜੀ? ਰਣਜੀਤ ਸਿੰਘ ਰਾਣਾ। ਰਾਣਾ ਸਾਹਿਬ, ਅੱਜ ਇੱਥੇ 71 ਹੋਏ ਸੀਗੇ ਕਿ ਪੁਲਿਸ ਨਹੀਂ ਕਾਰਵਾਈ ਕਰ ਰਹੀ, ਤਾਂ ਜਾਮ ਜਿਹੜਾ ਲਗਾਉਣ ਦਾ ਤੁਹਾਡੇ ਵੱਲੋਂ ਐਲਾਨ ਕੀਤਾ ਗਿਆ ਸੀਗਾ, ਤੇ ਹੁਣ ਕੀ ਫੈਸਲਾ ਲਿਆ ਗਿਆ? ਭਾਜੀ ਹੁਣ ਇੱਦਾਂ ਬੰਟੀ ਭਾਜੀ ਦੀ SSP ਸਾਹਿਬ ਨਾਲ ਗੱਲਬਾਤ ਹੋ ਗਈ ਸਾਰੀ। ਉਹਨਾਂ ਨੇ ਆਸ਼ਵਾਸਨ ਦਿੱਤਾ ਵੀ 27 ਤਰੀਕ ਤੱਕ ਇੱਕ ਸਿੱਟ ਬਣਾ ਕੇ ਇਹਦੀ ਜਿਹੜੀ ਪੂਰੀ ਛਾਣਬੀਨ ਕੀਤੀ ਜਾਊਗੀ, ਤੇ ਇਹਦੇ ਵਿੱਚ ਜਿਹੜੇ ਵੀ ਮੁਲਜ਼ਮ ਹੋਣਗੇ ਉਹਨਾਂ ਵਿੱਚੋਂ ਕੋਈ ਵੀ ਬਖਸ਼ਿਆ ਨਹੀਂ ਜਾਊਗਾ, ਉਹਦੀ ਜਿੰਨੀ ਵੀ ਮਰਜ਼ੀ ਪਹੁੰਚ ਹੋਵੇ ਵੀ ਉੱਤੇ ਬਣਦੀ ਕਾਰਵਾਈ ਜਿਹੜੀ ਆ ਕੀਤੀ ਜਾਊਗੀ। ਇਸ ਕਰਕੇ ਜਿਹੜਾ ਅਸੀਂ ਅੱਜ ਇਕੱਠ ਕੀਤਾ ਸੀ, ਜਿਹੜਾ ਧਰਨਾ ਅਸੀਂ ਲਾਉਣ ਦਾ ਸੋਚਿਆ ਸੀ, ਕੋਈ ਬੰਦ ਕਰ ਦਿੱਤਾ, ਤੇ ਹੁਣ ਜੋ ਵੀ ਅਗਲੀ ਕਾਰਵਾਈ ਹੋਗੀ 27 ਤਰੀਕ ਤੋਂ ਬਾਅਦ ਹੀ ਕੀਤੀ ਜਾਊਗੀ। ਕੋਈ ਰਾਜਨੀਤਿਕ ਸ਼ੈਅ ਵੀ ਤੁਹਾਨੂੰ ਲੱਗਦੀ ਹੈ ਕਿ ਜਿਹੜਾ ਪੁਲਿਸ ਨਹੀਂ? ਭਾਜੀ ਦੇਖੋ, ਅੱਜ 7 ਦਿਨ ਹੋ ਗਏ ਲੜਾਈ ਹੋਈ ਨੂੰ, ਨਾ ਹੀ ਪੁਲਿਸ ਨੇ CCTV ਫੁਟੇਜ ਕਢਾਈ ਆ, ਨਾ ਹੀ ਕੋਈ ਡੰਪ ਚੁਕਾਇਆ, ਨਾ ਜਿਹੜਾ ਸਕੂਟਰ ਮੋਟਰਸਾਈਕਲ ਵਰਤ ਹੋਇਆ ਉਹਦੇ ਵਿੱਚ ਵੀ ਕਿਤੇ ਵੀ ਆਪਾਂ ਚੈੱਕ ਕਰ ਲਈਏ, ਉਹਦਾ ਫਿਰ ਨੰਬਰ ਕਿਸੇ ਨੂੰ ਪੁੱਛਿਆ ਗਿਆ ਹੋਵੇ, ਕੁਛ ਨਹੀਂ। ਜੋ ਵੀ ਕੀਤਾ ਨਾ ਲੜਕਿਆਂ ਨੇ ਆਪਣੀ ਸਿਰਦਰਦੀ ਲੈ ਕੇ ਕੀਤਾ, ਜਿੰਨੀਆਂ ਵੀ ਫੁਟੇਜ ਕਢਾਈਆਂ ਆ ਆਪਣੀ ਸਿਰਦਰਦੀ ਨਾਲ ਕਢਾਈਆਂ, ਪੁਲਿਸ ਨੇ ਕੋਈ ਵੀ ਨਹੀਂ ਕੀਤਾ। ਜਿਹੜੀ ਬਾਕੀ ਕੱਲ ਦੀ ਗੱਲ ਹੈ ਵੀ DSP ਸਾਹਿਬ ਨੇ ਸ਼ਰਿਆਮੇ ਕਹਿਤਾ ਵੀ ਉਹਨਾਂ ਬੰਦਿਆਂ ਦੇ ਪਰਚਾ ਨਹੀਂ ਹੋਣਾ, ਵੀ ਤੁਸੀਂ ਹੋਰ ਕਿਹਦਾ ਨਾਂ ਦੇਣਾ ਦੇ ਦਿਓ। ਇਹ ਤੋਂ ਤਾਂ ਸ਼ਰਿਆਮੇ ਲੱਗਦਾ ਪਿਆ ਭਾਜੀ ਵੀ ਪੁਲਿਸ ਦੇ ਪ੍ਰੈਸ਼ਰ ਹੈ। ਜੇਕਰ ਫਿਰ ਵੀ 27 ਤਰੀਕ ਤੱਕ ਤੁਹਾਡੀ ਸੁਣਵਾਈ ਨਾ ਹੋਵੇ ਤਾਂ ਫਿਰ ਨੈਕਸਟ ਸਟੈਪ? ਫਿਰ ਭਾਜੀ ਜੋ ਵੀ ਅਗਲੀ ਰਣਨੀਤੀ ਹੋਗੀ ਸਾਰੇ ਜਣੇ ਬੈਠ ਕੇ ਜੋ ਵੀ ਹੋਗਾ ਅਸੀਂ ਡਿਸੀਜਨ ਲੈ ਕੇ ਉਸ 27 ਤਰੀਕ ਨੂੰ ਦੱਸਾਂਗੇ। ਇਸ ਤੋਂ ਮਾਮਲਾ ਦਰਜ ਹੈ ਕਿ 18 ਤਰੀਕ ਨੂੰ 3 ਨੌਜਵਾਨਾਂ ਦੀ ਬੁਰੀ ਤਰ੍ਹਾਂ ਨਾਲ ਵੱਟੋ ਕੀਤੀ ਗਈ ਹੈ। ਨੌਜਵਾਨ ਜਿਹੜੇ ਹਸਪਤਾਲ 'ਚ ਜ਼ੇਰੇ ਇਲਾਜ ਆ, ਤੇ ਉਹ ਪੁਲਿਸ ਦੀ ਕਾਰਗੁਜ਼ਾਰੀ ਤੋਂ ਅਸੰਤੁਸ਼ਟ ਆ, ਤੇ ਪੁਲਿਸ ਵੱਲੋਂ ਕੀ ਉਹਦੇ ਵਿੱਚ ਕਾਰਵਾਈ ਕੀਤੀ ਜਾ ਰਹੀ ਹੈ? ਮਿਤੀ 18 ਤਰੀਕ ਨੂੰ ਰਾਤ ਦੇ ਵਕਤ 10:30 ਦੇ ਕੋਈ ਇਹ ਹਾਦਸਾ ਵਾਪਰਿਆ ਹੈਗਾ। ਕੁਛ ਅਣਪਛਾਤ ਵਿਅਕਤੀਆਂ ਵੱਲੋਂ ਜਾਨਲੇਵਾ ਹਮਲਾ ਕੀਤਾ ਗਿਆ 3 ਨੌਜਵਾਨਾਂ 'ਤੇ, ਜਿਸ ਦੇ ਤਹਿਤ ਅਸੀਂ ਮਾਮਲਾ ਦਰਜ ਕਰ ਲਿਆ ਹੈਗਾ ਮਾਡਾ ਟਾਊਨ ਦੇ ਵਿੱਚ, ਅਤੇ ਅਸੀਂ ਇਨਕੁਆਇਰੀ ਕਰ ਰਹੇ ਹਾਂ ਪ੍ਰੋਪਰ। ਮਤਲਬ ਵੀ ਪੁਲਿਸ ਆਪਣੇ ਟੈਕਨੀਕਲ ਤਰੀਕੇ ਨਾਲ ਹਰ ਪਹਿਲੂ ਤੋਂ ਦਾ ਪਹਿਲੂ ਤੇ ਅਤੇ SSP ਸਾਹਿਬ ਦੇ ਦਿਸ਼ਾ ਨਿਰਦੇਸ਼ਾਂ ਦੇ ਤਹਿਤ ਜੋ ਵੀ ਹੈਗੇ ਆ ਇਨਕੁਆਇਰੀ ਦੇ ਤੱਕ ਸਾਹਮਣੇ ਆਉਣਗੇ, ਉਹਦੇ ਜਿਹੜੇ ਸਾਹਮਣੇ ਆਉਣਗੇ ਜਿਨ੍ਹਾਂ ਦੇ ਖਿਲਾਫ਼ ਉਹਨਾਂ ਦੇ ਖਿਲਾਫ਼ ਬਣਦੀ ਕਾਰਵਾਈ ਕੀਤੀ ਜਾਵੇ। ਸਰ, ਜਿਹੜੇ ਜ਼ਖਮੀ ਆ ਉਹ ਕਹਿੰਦੇ ਸਾਨੂੰ ਆਪਾਂ ਬੰਦੇ ਦੇ ਨਾਮ ਦਿੱਤੇ ਹੋਏ ਆ ਕਿ ਪੁਲਿਸ ਥੋੜਾ ਕਾਰਵਾਈ ਕਰ ਰਹੀ ਹੈ? ਸਸਪੈਕਟਡ ਹੈਗੇ, ਅਸੀਂ ਆਪਣੇ ਤੌਰ 'ਤੇ ਵੈਰੀਫਾਈ ਕਰਦੇ ਹਾਂ, ਕੋਈ ਗੱਲ ਨਹੀਂ, ਜੇ ਸਾਹਮਣੇ ਆਉਂਦੇ ਤਾਂ ਅਸੀਂ ਉਹਨਾਂ ਦੇ ਖਿਲਾਫ਼ ਹੀ ਕਰਦੇ ਹਾਂ।